ਵਾਹ ਦੇਖੋ ਇੱਧਰ ਆ ਕੇ ਬੋਤਲਾਂ ਹੀ ਬੋਤਲਾਂ ਹੋਇਆ ਪਿੱਛੇ ਆਹ ਵਾਧੂ ਪਈ ਹੈ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਪਟਿਆਲਾ ਤੋਂ ਜਿੱਥੇ ਪੀਡੀਏ ਉਮੀਦਵਾਰ ਡਾਕਟਰ ਧਰਮਵੀਰ ਗਾਂਧੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਤੇ ਸਮਾਣਾ ਥਾਣੇ ਵਿੱਚ ਪਰਚਾ ਦਰਜ ਹੋਇਆ। ਇਹ ਪਰਚਾ ਸਮਾਣਾ ਪਟਿਆਲਾ ਰੋਡ ਤੇ ਸਥਿਤ ਇੱਕ ਸੈਲਰ ਦੇ ਬਾਹਰ ਧਰਨਾ ਲਾ ਕੇ ਧਾਰਾ 144 ਤੋੜਨ ਅਤੇ ਟ੍ਰੈਫਿਕ ਨਿਯਮਾਂ ਵਿੱਚ ਵਿਘਨ ਪਾਉਣ ਦੇ ਇਲਜ਼ਾਮਾਂ ਤਹਿਤ ਦਰਜ ਕੀਤਾ ਗਿਆ। ਅਸਲ ਵਿੱਚ ਮਾਮਲਾ ਬੀਤੀ ਰਾਤ ਦਾ ਹੈ, ਜਦੋਂ ਡਾਕਟਰ ਧਰਮਵੀਰ ਗਾਂਧੀ ਅਤੇ ਸੁਰਜੀਤ ਸਿੰਘ ਰੱਖੜਾ ਨੇ ਸਾਂਝੇ ਤੌਰ ਤੇ ਪਿੰਡ ਫਤਿਹਪੁਰ ਦੇ ਇੱਕ ਸੈਲਰ 'ਚ ਵੋਟਾਂ ਵਿੱਚ ਵਰਤਾਈ ਜਾਣ ਵਾਲੀ ਸ਼ਰਾਬ ਤੇ ਛਾਪੇਮਾਰੀ ਕੀਤੀ ਸੀ। ਇਸ ਤੋਂ ਬਾਅਦ ਦੋਵਾਂ ਉਮੀਦਵਾਰਾਂ ਵੱਲੋਂ ਦੋਸ਼ੀਆਂ ਖਿਲਾਫ਼ ਕਾਰਵਾਈ ਕਰਵਾਉਣ ਲਈ ਸੈਲਰ ਦੇ ਬਾਹਰ ਹੀ ਧਰਨਾ ਲਾ ਦਿੱਤਾ ਗਿਆ ਸੀ, ਜਿਸ ਨੂੰ ਦੇਖਦਿਆਂ ਪੁਲਿਸ ਵੱਲੋਂ ਦੋਵਾਂ ਉਮੀਦਵਾਰਾਂ ਖਿਲਾਫ਼ ਪਰਚਾ ਦਰਜ ਕਰ ਲਿਆ ਗਿਆ। ਪਿਆਰੇ ਦੋਸਤੋ, ਕੱਲ੍ਹ ਜਦੋਂ ਸ਼ਾਮੀ ਪਤਾ ਲੱਗਿਆ ਕਿ ਸਮਾਣਾ ਲਾਗੇ ਇੱਕ ਸੈਲਰ ਵਿੱਚੋਂ, ਜੋ ਕਿ ਕਾਂਗਰਸੀ ਦਾ ਇੱਕ ਸੈਲਰ ਸੀਗਾ, ਉਸ ਵਿੱਚੋਂ ਟਰੱਕਾਂ ਦੇ ਟਰੱਕ ਸ਼ਰਾਬ ਦੇ ਬਾਹਰ ਵੋਟਰਾਂ ਨੂੰ ਵੰਡਣ ਵਾਸਤੇ ਜਾ ਰਹੇ ਸਨ, ਤਾਂ ਅਸੀਂ ਫੌਰੀ ਤੌਰ 'ਤੇ ਉੱਥੇ ਪਹੁੰਚ ਕੇ ਧਰਨਾ ਮਾਰਿਆ ਅਤੇ ਵਾਰ ਵਾਰ ਪੁਲਿਸ ਪ੍ਰਸ਼ਾਸਨ ਨੂੰ, ਜ਼ਿਲ੍ਹਾ ਪ੍ਰਸ਼ਾਸਨ ਨੂੰ ਅਤੇ ਚੋਣ ਅਧਿਕਾਰੀਆਂ ਨੂੰ ਸੂਚਨਾ ਦੇਣ ਤੋਂ ਬਾਵਜੂਦ ਸਾਰੀ ਰਾਤ ਅਸੀਂ ਸੱਤ ਘੰਟੇ ਬੈਠੇ ਰਹੇ, ਪਰ ਜ਼ਿਲ੍ਹਾ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਾ ਕੀਤੀ। ਪਰ ਜਦੋਂ ਕਾਰਵਾਈ 7 ਘੰਟੇ ਬਾਅਦ ਕੀਤੀ ਤਾਂ ਔਰ ਗੇਟ ਦੇ ਤਾਲੇ ਖੁਲਵਾਏ ਤਾਂ ਅੰਦਰ ਹਜ਼ਾਰਾਂ ਬੋਤਲਾਂ ਅਤੇ ਬਹੁਤ ਸਾਰੇ ਜਿਹੜੇ ਡੱਬੇ ਸੀਗੇ ਸ਼ਰਾਬ ਦੇ, ਉਹ ਮਿਲੇ ਹੈਗੇ ਹੈ। ਅਤੇ ਜੋ ਸ਼ਰਾਬ ਰਾਤ ਨੂੰ ਉੱਥੋਂ ਕੱਢ ਲਈ ਗਈ 7 ਘੰਟਿਆਂ ਦੌਰਾਨ, ਉਸ ਦੌਰਾਨ ਖਿਲਰੀਆਂ ਹੋਈਆਂ ਸੈਂਕੜੇ ਜੋ ਬੋਤਲਾਂ ਸੀਗੀਆਂ ਉਹ ਖੇਤਾਂ 'ਚ ਖਿਲਰੀਆਂ ਪਈਆਂ ਸੀਗੀਆਂ। ਸਾਰਾ ਕੁਝ ਦੇਖਣ ਦੇ ਬਾਵਜੂਦ ਪੁਲਿਸ ਨੇ ਔਰ ਜ਼ਿਲ੍ਹਾ ਪ੍ਰਸ਼ਾਸਨ ਨੇ ਸ਼੍ਰੀਮਤੀ ਪਨੀਤ ਕੌਰ ਦੇ ਖਿਲਾਫ਼, ਜਿਨ੍ਹਾਂ ਦੀ ਇਹ ਸ਼ਰਾਬ ਸੀਗੀ, ਉਸ ਦੇ ਖਿਲਾਫ਼ ਕੋਈ ਕਾਰਵਾਈ ਕਰਨ ਦੀ ਬਜਾਏ ਉਲਟਾ ਮੇਰੇ ਉੱਤੇ ਪਰਚਾ ਦਰਜ ਕਰ ਦਿੱਤਾ ਹੈਗਾ ਹੈ। ਅਤੇ ਜੋ ਔਰ ਜੋ ਕਿ ਲੋਕਤੰਤਰ ਦਾ ਘਾਣ ਹੈ, ਲੋਕਤੰਤਰ ਦਾ ਕਤਲ ਹੈਗਾ ਹੈ ਕਿ ਦੋਸ਼ੀਆਂ ਦੇ ਖਿਲਾਫ਼ ਸਖ਼ਤ ਕਾਰਵਾਈ ਕਰਨ ਦੀ ਬਜਾਏ ਉਹਨਾਂ ਨੂੰ ਗ੍ਰਿਫਤਾਰ ਕਰਨ ਦੀ ਬਜਾਏ ਔਰ ਸ਼੍ਰੀਮਤੀ ਪਨੀਤ ਕੌਰ ਦਾ ਮਾਡਲ ਕੋਡ ਆਫ ਕੰਡਕਟ ਦੀ ਉਲੰਘਣਾ ਕਰਨ ਦੀ ਪਰਚਾ ਦਰਜ ਕਰਨ ਦੀ ਬਜਾਏ ਉਲਟਾ ਮੇਰੇ 'ਤੇ ਪਰਚਾ ਦਰਜ ਕਰਕੇ ਸ਼ਰੇਆਮ ਇੱਕ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਨੇ, ਸ਼ਰੇਆਮ ਮਾਡਲ ਕੋਡ ਆਫ ਕੰਡਕਟ ਦੀਆਂ ਧੱਜੀਆਂ ਉਡਾਈਆਂ ਨੇ। ਮੈਨੂੰ ਨਹੀਂ ਸਮਝ ਆਉਂਦਾ ਕਿ ਕੱਲ੍ਹ ਨੂੰ ਸ਼ਾਇਦ ਇਹ ਮੈਨੂੰ ਮੇਰੇ 'ਤੇ ਹੋਰ ਵੀ ਕੋਈ ਕਾਰਵਾਈ ਕਰਨ, ਮੈਨੂੰ ਗ੍ਰਿਫਤਾਰ ਵੀ ਕਰਵਾਉਣ। ਪਰ ਤੁਸੀਂ ਘਬਰਾਉਣਾ ਨਹੀਂ ਹੈਗਾ, ਆਪਣੇ ਮੋਰਚੇ ਮੱਲੀ ਰੱਖੋ ਔਰ ਇੰਨੀਆਂ ਵੋਟਾਂ ਪਾਓ ਕਿ ਸ਼੍ਰੀਮਤੀ ਪਨੀਤ ਕੌਰ ਨੂੰ ਔਰ ਕਾਂਗਰਸੀਆਂ ਨੂੰ ਇਹਨਾਂ ਦੇ ਹੋਸ਼ ਉੱਡ ਜਾਣ ਕਿ ਜਦੋਂ ਲੋਕਾਂ ਦਾ ਹੜ੍ਹ ਆਉਂਦਾ, ਲੋਕਾਂ ਦਾ ਸਮੁੰਦਰ ਦੀ ਲਹਿਰਾਂ ਆਉਂਦੀਆਂ ਨੇ ਤਾਂ ਵੱਡੇ ਵੱਡੇ ਮਹਿਲਾਂ ਨੂੰ ਇਹ ਮਿੱਟੀ 'ਚ ਮਿਲਾ ਦਿੰਦੀਆਂ ਨੇ। ਸੋ ਮੇਰੀ ਤੁਹਾਨੂੰ ਬੇਨਤੀ ਹੈ ਕਿ ਆਪਣੇ ਹੌਸਲੇ ਬੁਲੰਦ ਕਰਦੇ ਹੋਏ, ਮੇਰੀ ਕੋਈ ਵੀ ਪਰਵਾਹ ਨਾ ਕਰਦੇ ਹੋਏ, ਤੁਸੀਂ ਇਹਨਾਂ ਮਹਿਲਾਂ ਨੂੰ ਠੋਕਵਾਂ ਜਵਾਬ ਦਿਓ। ਲੋਕਾਂ ਨੂੰ ਜੋ ਕਾਨੂੰਨ ਦੀਆਂ ਧੱਜੀਆਂ ਉਡਾ ਕੇ ਹਰ ਹਾਲਤ ਵਿੱਚ ਗੁੱਡਾਗਰਦੀ ਕਰਕੇ ਔਰ ਕਾਨੂੰਨ ਨੂੰ ਤੋੜ ਕੇ ਜੋ ਇਹ ਹਰ ਹੀਲੇ ਇਹ ਸੀਟ ਜਿੱਤਣ ਦੀ ਕੋਸ਼ਿਸ਼ ਕਰਦੇ ਨੇ, ਇਹ ਹਾਰੇ ਪਏ ਨੇ, ਹਾਰਿਆਂ ਨੂੰ ਪ੍ਰਤੱਖ ਦਿਖਾਈ ਦੇ ਰਹੀ ਹੈਗੀ ਹੈ, ਇਸ ਕਰਕੇ ਇਹਨਾਂ ਘਟੀਆ ਕਾਰਵਾਈ 'ਤੇ ਉਤਰੇ ਹੋਏ ਨੇ। ਸੋ ਮੇਰੀ ਦੋਸਤਾਂ ਨੂੰ ਅਪੀਲ ਹੈ ਕਿ ਉਹ ਇਸ ਦਾ ਜਵਾਬ ਉਹ ਵੋਟਾਂ ਰਾਹੀਂ, ਆਪਣੀ ਵੋਟ ਦੀ ਤਾਕਤ ਰਾਹੀਂ ਦਿਓ ਤਾਂ ਕਿ ਇਹਨਾਂ ਕਾਂਗਰਸੀਆਂ ਨੂੰ ਸਬਕ ਸਿਖਾਇਆ ਜਾ ਸਕੇ। ਧੰਨਵਾਦ। ਇਹ ਵੀ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਚੋਣ ਕਮਿਸ਼ਨ ਨੇ ਜ਼ਿਲ੍ਹਾ ਚੋਣ ਅਫਸਰ ਦੀ ਸਿਫਾਰਿਸ਼ 'ਤੇ ਵੱਡੀ ਕਾਰਵਾਈ ਕੀਤੀ ਸੀ। ਇਸ ਮਾਮਲੇ ਵਿੱਚ ਸਮਾਣਾ ਦੇ DSP ਜਸਵੰਤ ਬਾਂਗੜ ਅਤੇ SHO ਬਲਜੀਤ ਕੁਮਾਰ ਦਾ ਤਬਾਦਲਾ ਕਰ ਦਿੱਤਾ ਗਿਆ ਸੀ। ਬਿਊਰੋ ਰਿਪੋਰਟ, ਪੰਜਾਬੀ ਲੋਕ ਚੈਨਲ।